ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇਹਦੇ ਚਾਚੇ ਨੂੰ ਲੈਣ ਜਾਂਦੇ ਹਾਂ। ਦੂਸੀ ਫਿਰਤਾ ਦੀ ਕੈਮਰਾ ਕਿੱਥੋਂ ਆਇਆ ਤੂੰ? ਆ ਤੀਜੀ ਜਗ੍ਹਾ ਬਦਲਣੀ ਪੈ ਗਈ। ਐ ਵੀ ਉਹਨਾਂ ਨੇ ਜਿਹੜੇ ਬਲੂਨ ਲਾਏ ਸੀਗੇ ਉੱਤੇ ਦੇ ਐਵੇਂ ਨੇ। ਸੋ ਅੱਜ ਆਪਾਂ ਇਹਦੇ ਚਾਚੇ ਨੂੰ ਲੈਣ ਚੱਲਦੇ ਹਾਂ ਜੀ। ਸੋ ਅੱਜ ਹੋਊਗਾ ਚਾਚਾ ਭਤੀਜਾ ਕਾ ਮੇਲ। ਰਵੀ ਦਾ ਅੱਜ ਕੁਆਰੰਟੀਨ ਮੁੱਕ ਰਿਹਾ ਵਾ, ਉਹਦਾ ਮੈਨੂੰ ਮੈਸੇਜ ਆ ਗਿਆ ਸੀਗਾ ਮੈਂ ਉਹਨੂੰ ਲੈਣ ਚੱਲਦਾ ਵਾ। ਬਾਕੀ ਮੈਨੂੰ ਰਾਤ ਉਹਨਾਂ ਨੇ ਬਹੁਤ ਘੱਟ ਸੌਣ ਦਿੱਤਾ, ਇੱਦਾਂ ਰੋਇਆ ਤਾਂ ਨਹੀਂ ਹੈਗਾ ਮੇਰਾ ਹੀ। ਅਜੇ ਮੇਰੀ ਇੱਕ ਵਾਰ ਅੱਖ ਖੁੱਲ੍ਹ ਜੇ ਫਿਰ ਮੈਨੂੰ ਬਾਅਦ ਤੋਂ ਛੇਤੀ ਛੇਤੀ ਨੀਂਦ ਨਹੀਂ ਆਉਂਦੀ। ਹੈ ਨਾ ਪੁੱਤਰ ਜੀ, ਫੋਨ ਹੈ ਕਿਸੇ ਦਾ ਜਿਹੜਾ ਕੰਨ ਨੂੰ ਫੋਨ ਲਾਇਆ ਹੋਇਆ ਦੂਜੇ ਪਾਸੇ ਹੈ। ਚਲੋ ਜੀ ਫਿਰ ਆਪਾਂ ਬਾਹਲੇ ਨਾ ਲੇਟ ਹੁੰਦੇ ਹੋਏ ਲੈਣ ਚੱਲਦੇ ਹਾਂ ਰਵੀ ਨੂੰ। ਓਕੇ ਪੁੱਤਰੀ। ਇਹਨੇ ਕਹਿਣਾ ਨਵੀਂ ਕੈਟਗਰੀ ਤੋਂ ਬੰਦਾ ਆ ਗਿਆ ਨਾ ਮਿਸੀ ਸਕਦਾ ਜਿਵੇਂ ਜੀ ਨਾ ਬੜੇ ਭੈਣ ਜਿਵੇਂ ਜੀ ਨਵੇਂ ਨਵੇਂ ਕੱਪੜੇ। ਇਹਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਹੈਗਾ, ਦੁੱਧ ਤਾਂ ਨੀਂਦ ਹੈ ਨਾ। ਚੜ੍ਹਾਈ ਆ ਵੀ ਤੇਰੀ ਚੜ੍ਹਾਈ ਆ ਹੈ ਜਿਹੜਾ ਤੂੰ ਮੇਰੇ 'ਤੇ ਅਟੈਕ ਕੀਤਾ ਅੱਜ। ਮੇਰੇ ਤੱਕ ਠੀਕ ਸੀ ਗੱਲ ਲੂਸੀ, ਅੱਜ ਕੈਮਰੇ ਤੱਕ ਗੱਲ ਪਹੁੰਚੀ ਆ। ਮੈਨੂੰ ਪਸੰਦ ਨਹੀਂ ਆਈ ਤੇਰੀ ਇਹ ਗੱਲ, ਤੂੰ ਮੇਰੇ 'ਤੇ ਅਟੈਕ ਕੀਤਾ। ਲੜਦਾ ਮੇਰੇ ਨਾਲ ਹੁਣ ਪੰਗਾ ਪੈ ਗਿਆ ਹੁਣ ਆਪਤ। ਚੰਗਾ ਮੈਂ ਜਾ ਕੇ ਆਉਣਾ। ਓਕੇ ਓ ਲੈਂਸ 'ਤੇ ਮਾਰਿਆ ਫਿਰ ਹੁਣ ਤੇਰੀ ਸਰਵਿਸ ਹੋਣੇ ਵਾਲੀ ਆ। ਠੰਡ ਹੋ ਗਈ ਹੁਣ। ਆਹ ਦੋ ਜਵਾਕ ਜੀ ਕਮਲੇ ਘਰੇ ਫਿਰਦੇ ਆ ਘਰਦਿਆਂ ਨੂੰ। ਓਹ ਖੁੱਲ ਜਾ ਲੂਸੀ ਅਤੇ ਆਪਣੇ ਵਾਲਾ ਅੰਗਦ। ਵੈਸੇ ਜਿਹੜੇ ਚਾਚੇ ਹੁੰਦੇ ਆ ਮੋਸਟਲੀ ਹੁੰਦੇ ਆ ਲੁੱਚੇ, ਪਰ ਇਹ ਆਪਣਾ ਚਾਚਾ ਹੈਗਾ ਸੁੱਚਾ। ਜਿਵੇਂ ਸਾਡੇ ਚਾਚੇ ਨੇ ਸਾਨੂੰ ਉਹ ਵਾਲੀਆਂ ਗੱਲਾਂ ਬਹੁਤ ਸਿਖਾਈਆਂ ਨੇ, ਜਿਹਨਾਂ ਦੇ ਤੁਹਾਡੇ ਚਾਚੇ ਹੋਣਗੇ ਤੁਹਾਡਾ ਵੀ ਉਹੀ ਹਿਸਾਬ ਹੋਣਾ ਮੈਨੂੰ ਪਤਾ। ਪਰ ਅੰਗਦ ਦਾ ਚਾਚਾ ਸ਼ਰੀਫ ਆ ਭਾਈ ਸ਼ਰੀਫ। ਆਪਾਂ ਜੀ ਆ ਗਏ UPS ਅਤੇ ਇੱਥੇ ਹੁਣ ਗਿਫਟਾਂ ਨਹੀਂ ਮਿਲਾਂ ਬਹੁਤ ਆਈਆਂ ਹੋਈਆਂ ਸੀ, ਨਹੀਂ ਇਹ ਮੋੜ ਦਿੰਦੇ ਹੁੰਦੇ ਵਾਪਸ ਆਪਾਂ ਨਾ ਚੱਕੀਏ। ਪਹਿਲਾਂ ਗਏ ਸੀ ਉਦੋਂ ਬੰਦ ਸੀਗਾ, ਮੈਂ ਨਹੀਂ ਗਿਆ ਸੀ ਮਤਲਬ ਕਿ ਮਨੀ ਹੋਣੀ ਗਏ ਸੀ ਜਦੋਂ, ਅਤੇ ਅੱਜ ਫਿਰ ਆਏ ਮੈਨੂੰ ਪਿੱਕ ਕੀਤਾ। ਉਦੋਂ ਬਾਅਦ ਫਿਰ ਰਸਤੇ 'ਚ UPS ਦਾ ਸੀਗਾ ਇਹਨਾਂ ਦਾ, ਇੱਥੋਂ ਹੁਣ ਆਪਾਂ ਚੱਕ ਕੇ ਲੈ ਜਾਣੇ ਆ ਤੁਹਾਡੇ ਭੇਜੇ ਹੋਏ ਪਿਆਰੇ ਪਿਆਰੇ ਗਿਫਟ। ਕੱਢ ਕੇ ਰੱਖੀ ਲੱਗਦੇ ਸੀ ਨਾਲ ਦੀ ਨਾਲ ਆ ਗਏ। ਦੂਜਾ ਕਿਹੜਾ ਚੱਲਿਆ ਜੀ, ਥੋੜ੍ਹੇ ਜਿਹੇ ਜ਼ਿਆਦਾ ਲੱਗਦੇ ਨੇ ਕਿਉਂਕਿ ਆ ਨਹੀਂ ਹੋਇਆ ਕਾਫੀ ਦਿਨ। ਸੋ ਅਗੇਨ ਤੁਹਾਡਾ ਥੈਂਕਸ। ਇਹ ਮੈਨੂੰ ਲੱਗਦਾ ਇਹ ਵਾਲੀ ਵੀਡੀਓ 'ਚ ਨਹੀਂ ਖੁੱਲ੍ਹਣਗੇ, ਸ਼ਾਇਦ ਅੱਗੇ ਦੀ ਇੱਕ ਲਾਗੇ ਵੀਡੀਓ ਬਣੂਗੀ ਉਹਦੇ ਵਿੱਚ ਖੁੱਲ੍ਹਣਗੇ ਗਿਫਟ ਸਾਰੇ। ਤੀਜਾ ਕਿਹੜਾ ਚੱਲਿਆ, ਉਹ ਲਿਆ ਕਿ ਇੰਨੇ ਕੁ ਦਿਨ ਦੀ ਆ ਉਹ ਡੱਬੇ ਤਾਂ ਇੱਕ ਵਾਰ 'ਚ ਚੱਕ ਲੈਣਾ। ਪੰਜਾਬੀ ਬੰਦਾ ਦੋ ਗਿਣੇ ਨਹੀਂ ਲਾਉਂਦਾ ਹੁੰਦਾ, ਚਾਹੇ ਔਖਾ ਹੋ ਜਾਵੇ। ਉਹ ਥੋਟੀ ਦੇ ਇੱਕ ਬਾਹਲਾ ਵੱਡਾ ਲੱਗਦਾ, ਉਹ ਤਾਂ ਜ਼ਿਆਦਾ ਵੱਡਾ, ਪਤਾ ਨਹੀਂ ਕੀ ਨਿਕਲਣਾ। ਬਟ ਇੱਕ ਉਹ ਵੀ ਐਮਾਜ਼ਾਨ ਵਾਲੇ ਜਿਹੜੇ ਹੈਗੇ ਨੇ ਪੈਕਿੰਗ ਇੰਨੀ ਕਰ ਦਿੰਦੇ ਆ, ਬਾਹਲਾ ਗਾਰਬੇਜ ਬਣਾ ਦਿੰਦੇ ਆ। ਸੋ ਆਈ ਜਾ ਰਹੇ ਨੇ। ਹੋਰ ਕਿਹੜਾ, ਇੱਕ ਹੋਰ ਕਿਹੜਾ ਚੱਲਿਆ, ਅਤੇ 5, 6, 8, 9 ਗਿਫਟ ਹੋ ਗਏ ਮੈਨੂੰ ਲੱਗਦਾ। ਇੰਨੇ ਗੱਡੀ 'ਚ ਰੱਖਣ ਨੂੰ ਜਗ੍ਹਾ ਵੀ ਨਹੀਂ ਹੈ ਕਿ ਇੰਨਾ ਸਮਾਨ ਰੱਖਣਾ ਵੀ ਕਿੱਥੇ ਆ। ਮੈਂ ਵੀ ਨਿਕਲਦਾ ਬਾਹਰ ਹੈਲਪ ਕਰਾਉਣ ਵਾਸਤੇ, ਮੈਨੂੰ ਤਾਂ ਐਂ ਸੀ ਜਦੀ ਨਿਕਲੇ ਆਉਣਗੇ, ਬਟ ਚੱਲ ਹੁਣ ਮੈਂ ਵੀ ਨਾਲ ਰਖਾ ਦਿੰਦਾ। ਕਿਆ ਪਤਾ ਗਿਫਟਾਂ ਨੇ ਹਾਲੇ ਹੋਰ ਵੀ ਨੇ, ਇੰਨੇ ਤਾਂ ਗੱਡੀ 'ਚ ਨਹੀਂ ਆਉਣੇ। ਉਮੀਦ ਤਾਂ ਜ਼ਿਆਦਾ ਹੀ ਆ ਗਏ। ਤੂੰ ਸਿੱਟ ਲੈਣੇ, ਰੱਖ ਲੈਣੇ ਧੱਕੇ ਨਾਲ। ਚੱਕ ਲਿਆ ਵਾ, ਚੱਕ ਲਿਆ, ਚੱਕ ਲਿਆ। ਚੱਲ ਹੁਣ ਮੈਂ ਰੱਖ ਕੇ ਤੇ ਚੱਕ ਲਿਆ, ਦੇਖਦੇ ਹਾਂ ਕਿੰਨੇ ਆ, ਮੈਂ ਗਿਣਦਾ ਕਿੰਨੇ ਹੋ ਗਏ। ਪਿੱਛੇ ਕਿੰਨੇ ਰੱਖੇ ਸੀ? ਪਿੱਛੇ ਦੇਖ ਲਾ, ਜਗ੍ਹਾ ਹੀ ਨਹੀਂ ਆਈ ਹਾਲੇ। ਹੋਰ ਨੇ ਅੰਦਰ ਚਾਬੀ ਤੇਰੇ ਕੋਲ? ਓ ਮਾਈ ਗਾਡ, ਸੋ ਫੁੱਲ ਹੋ ਗਈ ਆਪਣੀ ਟਰੰਕ। ਆਪਾਂ ਕਰਦੇ ਆ ਸੈੱਟ ਕਰਕੇ ਰੱਖ ਲੈਣੇ, ਪਹਿਲਾਂ ਸਾਰੇ ਚੱਕ ਲਿਆ, ਫਿਰ ਪਤਾ ਲੱਗ ਜਾਣਾ ਵੱਡੇ ਥੱਲੇ ਆ ਜਾਣਗੇ। ਵੱਡੇ ਬਾਹਲੇ ਨੇ ਰਵੀ, ਇਹ 'ਚ ਆਉਣੇ ਹੀ ਨਹੀਂ ਹੈਗੇ, ਪਿੱਛੇ ਸਿੱਟੇ ਜਾਣੇ ਆ। ਸੈੱਟ ਕੇ ਦੇਖ ਲੈਂਦੇ ਆ, ਪਹਿਲਾਂ ਸੈੱਟ ਕੇ ਦੇਖੀਏ ਜੀ, ਫਿਰ ਬਾਕੀ ਚੱਕਾਂਗੇ। ਓ ਜਿੱਥੇ ਤੱਕ ਤੁਸੀਂ ਦੇਖ ਰਹੇ ਹੋ ਸਾਰੇ ਗਿਫਟ ਹੀ ਗਿਫਟ ਨੇ। ਅੱਜ ਤਾਂ ਕੇਸੀ ਵੀ ਥੱਲੇ ਲਾਤਾ ਤੁਸੀਂ, ਬੰਦ ਨਹੀਂ ਹੁੰਦਾ, ਬੰਦ ਹੋ ਜਾ ਬਾਈ। ਉਹ ਇੱਕ ਪੂਰੇ UPS ਵਾਲਾ ਡਰ ਗਿਆ, ਕਹਿੰਦਾ ਤੁਸੀਂ ਵੀ ਡਿਲੀਵਰੀ ਕਰ ਦਿਓ। ਪੂਰੇ UPS ਤੋਂ ਆਹ ਦੇਖੋ ਥੱਲੇ ਗਿਫਟ ਹੀ ਗਿਫਟ ਨੇ, ਇਹਦੇ ਪਿੱਛੇ ਵੀ ਦੇ ਗਿਫਟ ਹੀ ਗਿਫਟ ਕਰਤੇ ਵੀ, ਕਮਾਲ ਕਰਤੀ। ਇਹਦਾ ਆਪਾਂ ਮੇਲ ਟਾਈਮ ਕੋਈ ਵੱਡਾ ਹੀ ਹੋਣ, ਵੱਡਾ ਹੀ ਮੇਲ ਟਾਈਮ ਆਊਗਾ ਇਹਦਾ, ਖਬਰਾਂ ਪਹਿਲਾਂ ਹੀ ਆ ਜਾਏ ਆਲੀ ਵੀਡੀਓ ਤੋਂ ਦੇਖਣ ਤਾਂ। ਵਾਹਿਗੁਰੂ, ਗੱਡੀ ਸੀਟ ਵੀ ਨਹੀਂ ਪਿੱਛੇ ਹੁੰਦੀ, ਸੀਟਾਂ ਵੀ ਬਹੁਤ ਕੰਬਲ ਕੈਮਰੇ ਦੇ ਨਾ ਮਾਰੀ ਵੀ ਜ਼ਿਆਦਾ ਦਿਨ ਉਹ ਟਾਈਮ ਜਦੋਂ ਆਪਾਂ ਨੂੰ ਕੋਈ ਵੀ ਗਿਫਟ ਨਹੀਂ ਭੇਜਦਾ ਸੀਗਾ। ਕਮਲ ਭੂਆ ਪਰ ਪੱਕਾ ਕਾਰਡ ਭੇਜਦੀ ਹੁੰਦੀ ਸੀ, ਕਮਲ ਭੂਆ ਦੀ ਸੀ, ਕਮਲ ਭੂਆ ਪੱਕਾ ਭੇਜਦੀ ਹੁੰਦੀ। ਇੱਕ ਭੂਆ ਨੇ ਉਹ ਭੇਜੇ ਜੀ ਸੈੱਲ ਪੈਂਦੇ ਹੁੰਦੇ ਨੇ, ਉਹ ਹੈਪੀ ਬਰਥਡੇ, ਹੈਪੀ ਭੂਆ ਨੇ ਜਿੰਨਾ ਸਾਡਾ ਕੀਤਾ ਬਹੁਤ ਔਖਾ ਹਮੇਸ਼ਾ ਕਰਨਾ। ਤੇ ਉਹ ਤੋਂ ਬਾਅਦ ਇੰਡੀਆ ਵੀ ਜਾਂਦੇ ਸੀ ਬਰਥਡੇ ਆ ਕਿਸੇ ਦਾ, ਭੂਆ ਨੂੰ ਸਾਰੇ ਯਾਦ ਨੇ, ਸਭ ਤੋਂ ਪਹਿਲਾਂ ਕਮਲ ਭੂਆ ਦਾ ਫੋਨ ਆਉਂਦਾ ਹੁੰਦਾ, ਗਿਫਟ ਭੇਜਣਾ ਭੂਆ ਨੇ, ਮਤਲਬ ਕਾਰਡ ਭੇਜਣਾ, ਬਰਥਡੇ ਕਾਰਡ ਹਮੇਸ਼ਾ। ਕੋਈ ਵੀ ਕਮਾਲ ਹੀ ਆ ਹਨਾ, ਆਪਾਂ ਨੂੰ ਵੀ ਇੰਜ ਕਦੇ ਹੁੰਦਾ ਹੀ ਨਹੀਂ ਨਾ, ਜਾ ਫਟੇ ਨਹੀਂ ਹੁੰਦਾ, ਮੈਨੂੰ ਤਾਂ ਜਮਾ ਹੀ ਨਹੀਂ ਹੁੰਦਾ ਹੈ ਨਾ ਕਿਤੇ ਕਿਸੇ ਨੂੰ ਵਿਸ਼ ਕਰੀਦੀ ਆ ਨਾ ਕਿਤੇ ਸਾਨੂੰ ਕੋਈ ਨਾ ਐਕਸਪੈਕਟ ਕਰੀਦੀ ਆ ਵੀ ਕਿਹੜੇ। ਹੁਣ ਆਪਾਂ ਪਹਿਲਾਂ ਜਿੱਥੇ ਮੈਂ ਰਹਿਣਾ ਵਾ ਬੇਸਮੈਂਟ 'ਚ ਸਾਰੇ ਰੱਖੇ ਹੋਏ ਨੇ ਡੱਬੇ, ਅਤੇ ਉਹਨਾਂ ਨੂੰ ਰੈਂਟ ਵੀ ਦੇਣਾ ਵਾ,
ਰੈਂਟ ਵੀ ਦੇ ਆਉਨੇ ਆ ਯੂਪੀਐਸ ਸਾਨੂੰ ਰੋਕ ਲੈਣ ਰਾਜਾ ਤੁਸੀਂ ਸਭ ਕਰਦੇ ਬਲੈਕ ਕਰਦੇ ਇਲੀਗਲ ਡਿਲੀਵਰੀਆਂ ਕਰਦੇ ਦਿਨ ਦੀ ਕਿੰਨੀ ਵਧੀਆ ਸ਼ੁਰੂਆਤ ਹੋਈ ਆ ਪਹਿਲਾਂ ਅੰਗਦ ਨੂੰ ਤੜਕੇ ਉੱਠ ਕੇ ਦੇਖਿਆ ਫਿਰ ਰਵੀ ਨੂੰ ਫਿਰ ਇੰਨੇ ਸਾਰੇ ਗਿਫਟ ਕਮਾਲ ਹੀ ਹੋ ਗਈ ਰਵੀ ਨੂੰ ਉੱਠਣ ਲੱਗੇ ਪ੍ਰੋਬਲਮ ਹੋ ਰਹੀ ਸੀ ਕੰਬਲ ਮੈਂ ਰੱਖ ਲਿਆ ਰਵੀ ਕੋਲ ਸਮਾਨ ਜਿਵੇਂ ਰਵੀ ਦੇ ਜਾਣ ਪਛਾਣ ਵਾਲੇ ਨੇ ਜਿਹਨਾਂ ਦਾ ਇੰਡੀਆ 'ਚੋਂ ਲੈ ਕੇ ਆਇਆ ਸੋ ਅਸੀਂ ਕਿਹਾ ਵੀ ਹੁਣ ਜਦੋਂ ਮੈਂ ਆਪਣਾ ਸਮਾਨ ਰੱਖਣ ਜਾਣਾ ਉੱਧਰ ਨੂੰ ਉਹਨਾਂ ਦੇ ਘਰ ਆਉਂਦੇ ਆ ਵੀ ਉਹ ਵੀ ਸਮਾਨ ਹੁਣੇ ਫੜਾ ਜਾਂਦੇ ਆ ਮੈਂ ਸਵੇਰ ਤਾਂ ਕੁਛ ਨਹੀਂ ਖਾਧਾ ਮੈਂ ਆਈ ਤੁਰ ਪਿਆ ਸੀਗਾ ਘਰੋਂ ਮੈਂ ਕਿਹਾ ਵੀ ਚੱਲ ਚੱਕ ਹੀ ਲਿਆਉਣਾ ਫਿਰ ਮੈਂ ਕਿਹਾ ਆਹ ਵੀ ਚੱਕ ਲੈਂਦੇ ਉਹਨਾਂ ਦਾ ਮੈਨੂੰ ਮੈਸੇਜ ਆ ਗਿਆ ਸੀ ਕਹਿੰਦੇ ਤੁਹਾਡੇ ਪਾਰਸਲ ਜੇ ਬਾਹਲੇ ਹੋਏ ਪਏ ਨੇ ਐਂਡ ਆਈ ਐਮ ਸੋ ਐਕਸਾਈਟਡ ਟੂ ਓਪਨ ਦ ਮਾਹ ਕਿਆ ਨਜ਼ਾਰਾ ਆਊਗਾ ਇਹਨਾਂ ਦੇ ਜਵਾਕ ਉਹ ਸੀਗੇ ਨਾ ਵੀ ਬਰਟੀ ਏ ਸੀ ਦੋਨੇ ਲੰਬੇ ਹੋ ਗਏ ਵੱਡੇ ਵੱਡੇ ਹੋ ਗਏ ਫਰਕ ਪੈ ਅੱਜ ਦੀ ਸ਼ਾਨੀ ਮੈਂ ਦੇਖਿਆ ਇਹਨੇ ਜ਼ਿਆਦਾ ਵੱਡੇ ਹੋਏ ਪਏ ਨੇ ਹੁਣ ਕਿਉਂ ਉਹਨਾਂ ਨੇ ਵੱਡੇ ਪਹਿਲਾਂ ਛੋਟੇ ਹੁੰਦੇ ਛੋਟੇ ਹੁੰਦੇ ਪਰ ਉਹਨਾਂ ਦੇ ਜੀਨਸ ਵੱਡੇ ਨੇ ਉਹਨਾਂ ਦਾ ਉਹਨਾਂ ਨੇ ਵੱਡੇ ਲੋਈ ਇੰਨੇ ਸਾਰੇ ਗਿਫਟ ਆਏ ਨੇ ਜੀ ਆਪਾਂ ਲਾਈ ਵਾਲੇ ਦੋ ਦੋ ਸਟੈਕ ਕਰਨੇ ਪਏ ਘੱਟੇ ਆਪਾਂ ਨੂੰ ਪਰ ਇੰਨੇ ਸਾਰੇ ਗਿਫਟ ਆਪਾਂ ਕਿਸੇ ਹੋਰ ਮੇਨ ਟਾਈਮ ਦੇ ਵਿੱਚ ਕਰਾਂਗੇ ਅੱਜ ਆਪਣੇ ਕੋਲ ਟਾਈਮ ਨਹੀਂ ਹੈ ਛੱਤ ਤੱਕ ਲੱਗੇ ਛੱਤ ਤੱਕ ਥੈਂਕ ਯੂ ਸੋ ਮੱਚ ਗੋਡਜ਼ਿਲਾ 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 ਇਹ ਪਿਆਰੇ ਨੇ ਇਹ ਨਹੀਂ ਇਹ ਨਹੀਂ ਨਿਕਲੇ ਇਹ ਨਾ ਗੁੱਸੇ ਨਾ ਹੋ ਜਾ ਇਹ ਚੌੜ ਕਰ ਦੇ ਇਹਨਾਂ ਨੂੰ ਪੰਪ ਦੇਣਾ ਗੋਡਜ਼ਿਲਾ ਉਹ ਮੂਵੀ ਦੇ ਵਿੱਚ ਉਹ ਨਹੀਂ ਚੜਦਾ ਨਾ ਦੇਖੋ ਪਿਆਰ ਨਾਲ ਰੱਖਦੇ ਸੋ ਸਾਨੂੰ ਵਾਈਡ ਐਂਗਲ ਹੋ ਕੇ ਪਿੱਛੇ ਨੂੰ ਹੋਣਾ ਪਿਆ ਬਹੁਤ ਜ਼ਿਆਦਾ ਉੱਚੀ ਉਹ ਲੱਗ ਗਈ ਸੋ ਅਗੇਨ ਤੁਹਾਡਾ ਥੈਂਕ ਯੂ ਸਾਰਿਆਂ ਦਾ ਸਾਨੂੰ ਕਹਿੰਦੇ ਸੀ ਤੁਹਾਡਾ ਕੁਝ ਨਹੀਂ ਬਣਦਾ ਮੇਰੇ ਜਮੇ ਨੀ ਵਧੀਆ ਲੱਗਦੇ ਮੈਨੂੰ ਬੜਾ ਡਰ ਲੱਗਦਾ ਇਹ ਠੀਕ ਆ ਧੋਲੀ ਭੋਲੇ ਵਾਲੇ ਖਤਰਨਾਕ ਸੀਗੇ ਬੇਬੀ ਕਿੱਥੇ ਆ ਬੇਬੀ ਬੇਬੀ ਪਤਾ ਹੀ ਨੀ ਲੱਗਦਾ ਪਤਾ ਹੀ ਨੀ ਲੱਗਦਾ ਹੈਗਾ ਸੁੱਤਾ ਪਿਆ ਨਾ ਸੱਚੀ ਗੱਲ ਰੋਣ ਚ ਲੱਗ ਗਿਆ ਸੀਗਾ ਬੇਬੀ ਕੋ ਕੈਨੇਡੀਅਨ ਆਏ ਕੈਨੇਡੀਅਨ ਬੇਬੀ ਆਏ ਚੱਕਣਾ ਵੀ ਐਡੇ ਜਵਾਕ ਦਾ ਬੜਾ ਰਿਸਕ ਹੁੰਦਾ ਨਾ ਪੁੱਲ ਨਹੀਂ ਇਹ ਤਾਂ ਫਿਰ ਵੀ ਠੀਕ ਆ ਐਡਾ ਤੇ ਚਾਹ ਗਰਦਨ ਸੀ ਤਾਂ ਉਹ ਖੁੱਲ ਗਿਆ ਅੱਖਾਂ ਖੁੱਲ ਗਈਆਂ ਹਾਂ ਬੱਚੀ ਇਸੇ ਵੇ ਇਸੇ ਵੇ ਸੁੱਤਾ ਵੇ ਕੋਲ ਇਹ ਜਗਾ ਸੁੱਤਾ ਵੇ ਬੋਲ ਨਹੀਂ ਸਕਦਾ ਨਾ ਜਾਗਦਾ ਨਹੀਂ ਬੋਲਦਾ ਜਾਗਦਾ ਨਹੀਂ ਬੋਲਦਾ ਇਹ ਤਾਂ ਰੋਂਦਾ ਹੀ ਹੈ ਲੰਬਾ ਠੀਕ ਮਤਲਬ ਕਿ ਲੰਬਾ ਵੀ ਨਹੀਂ ਹੈਗਾ ਬੱਚੇ ਦੇ ਸਾਹਮਣੇ ਐਡਾ ਕੀ ਹੈ ਨਹੀਂ ਕਾਫੀ ਲੰਬਾ ਦੇਖ ਹੱਥ ਇੱਕ ਗੱਲ ਦੇਖਾ ਵੀ ਜਦ ਬੱਚਾ ਹੁੰਦਾ ਇਹ ਦੇਖ ਇਹ ਪੂਰਾ ਇੰਨਾ ਕਾ ਇਹਦਾ ਮੂੰਹ ਕਿੱਡਾ ਬੜਾ ਜਦੋਂ ਆਪਾਂ ਵੱਡੇ ਹੋ ਜਾਂਦੇ ਮੂੰਹ ਉੱਡਾ ਕਿਰਿਆ ਜਾਂਦਾ ਸਰੀਰ ਐਡਾ ਲੰਬਾ ਹੋ ਜਾਂਦਾ ਗੁੱਡ ਆਬਜ਼ਰਵੇਸ਼ਨ ਗੁੱਡ ਆਬਜ਼ਰਵੇਸ਼ਨ ਜਿਰਾਫ ਨਾਲ ਬੜਾ ਹੁੰਦਾ ਬੜਾ ਜਾਂ ਤਾਂ ਇਹ ਨਾਜ਼ੁਕ ਜਿਹਾ ਇਹਨੂੰ ਨਹਾਉਣਾ ਕਿੰਨਾ ਔਖਾ ਹਨਾ ਐਤਕੀ ਤਾਂ ਬੇਬੀਆਂ ਦਾ ਸੀਜ਼ਨ ਆ ਸਾਡੇ ਜੱਥੇ 'ਚ ਵੀ ਕਈਆਂ ਦੇ ਜਵਾਕ ਹੋ ਗਏ ਕਈਆਂ ਦੇ ਹੋਣੇ ਵਿਆਹ ਦੀ ਨੀ ਬੇਬੀ ਦੀ ਗੱਲ ਕਰ ਰਹੇ ਸੀ ਵਿਆਹ ਵੀ ਤਾਂ ਹੀ ਹੋਊਗਾ ਜੇ ਬੇਬੀ ਹੋਊਗਾ ਨਹੀਂ ਨਹੀਂ ਭਾਈ ਇਹਨੂੰ ਪਤਾ ਦੇ ਸਰਸਵਤੀ ਮੂੰਹ ਤੇ ਬੈਠੀ ਥੱਲੇ ਗੱਦਾ ਹੀ ਆ ਕੁਛ ਨੀ ਅੱਜ ਕੱਲ੍ਹ ਦਾ ਮਾਮਾ ਲੈ ਜੀਜਾ ਪੋਟੀ ਕੀਤੀ ਹੈ ਨਾ
ਦੰਦ ਬਰਸ਼ ਕਰਦਾ ਤੈਨੂੰ ਕਰਦੇ ਸਾਡੇ ਡੈਡੀ ਕਹਿੰਦੇ ਤੇਰੇ ਦਾਦੂ ਕਹਿੰਦੇ ਕਾਲਾ ਜਿਹਾ ਲੱਗਦਾ ਪਤਾ ਨੀ ਕੀ ਤੇ ਚੱਲਿਆ ਗਿਆ ਮੈਂ ਕਿਹਾ ਕਹਿਣੀ ਕੀ ਡੈਡੀ ਤੁਹਾਡਾ ਮੁੰਡਾ ਵੀ ਤੇ ਬਹੁਤਾ ਗੋਰਾ ਨੀ ਡੈਡੀ ਦਾ ਨਾਮ ਵੀ ਕਾਲੀ ਉੱਠ ਕੜਿਆ ਹਾਂ ਬੇਬੀ ਅਜੇ ਤੈਨੂੰ ਇੰਡੀਆ ਦੀ ਮਹਿਕ ਦਿੰਦਾ ਕਿ ਮਹਿਕ ਦੇ ਰਹੇ ਹੋ ਕਿੰਨੇ ਧਿਆਨ ਨਾਲ ਮਹਿਕ ਤੂੰ ਕਾਹਨੂੰ ਦਿੰਦਾ ਹੁਣ ਕਿਸੇ ਨੂੰ ਦਸਤਾਰ ਸਜਾਵੇ ਡੇਲੇ ਦੇ ਕੀ ਡੇਲੇ ਪੂਰੀ ਅੱਖ ਚ ਡੇਲਾ ਹੀ ਬੱਚੇ ਦਾ ਆਈ ਹੁੰਦਾ ਡੇਲਾ ਕਿੱਡਾ ਬੜਾ ਬਾਲਾ ਦੇਖਦਾ ਹੋਣਾ ਐਂਗਲ ਇਹਦਾ ਬਾਲਾ ਹੋਣਾ ਵਾਈਡ ਹੈ ਹੈਲੋ ਵਰਲਡ ਮੈਂ ਰੋਟੀ ਪਾਣੀ ਆਪਾਂ ਖਾ ਕੇ ਪਕੌੜੇ ਸਾਗ ਮੱਕੀ ਦੀਆਂ ਰੋਟੀਆਂ ਨਾ ਇਹਨਾਂ ਦੇ ਗਾਹਾਂ ਦੀ ਜੱਥੇ ਵਾਲੇ ਦੇ ਹਾਂ ਬੁੱਗੀ ਰੋਣ ਲੱਗ ਗਈ ਰੋਣੇ ਵਾਲਾ ਬਸ ਉਹਨੇ ਦਵਾਈ ਲੈਣ ਦਾ ਟਾਈਮ ਹੀ ਨੀ ਮਿਲਿਆ ਪੂਰੇ ਪੂਰੇ ਟਾਈਮ ਤੇ ਤਾਂ ਹੋ ਗਿਆ ਅਗਲੇ ਦਿਨ ਜਾਣਾ ਸੀ ਦਵਾਈ ਲੈਣ ਟੀ20 ਖੇਡਿਆ ਟੀ20 ਖੇਡਿਆ ਵਨਡੇ ਵਿੱਚ ਸੀਗਾ ਚਾਹ ਬਣਾ ਲਈ ਭੂਆ ਜੀ ਥੋੜੀ ਦੇਰ ਤੱਕ ਹਿਲਦਾ ਬਾਹਲਾ ਯਾਰ ਇਹ ਸੋਹਣਾ ਹੈ ਨਾ ਵੀ ਡਿਵੈਲਪਡ ਡਿਵੈਲਪ ਹੋਇਆ ਹੋਇਆ ਪੂਰਾ ਤੂੰ ਦੱਸ ਕਡਾਉਣਾ ਤਾਂ ਡਾਕਟਰ ਦੇਖ ਲਓ ਇਹ ਵੀ ਡਾਕਟਰ ਮੈਂ ਮੰਨਦਾ ਓਏ ਤੂੰ ਕਰੀ ਨਾ ਲੂਸੀ ਨਾ ਸਰ ਇਹ ਵੀ ਆਦਾ ਕਿ ਪੈਂਚਰ ਆਣੀ ਉਹ ਲਈ ਫਿਰ ਆਵਾ ਚੈੱਕ ਕਰਨੀ ਆ ਕੀ ਚੈੱਕ ਕਰਨ ਲੱਗੇ ਇਹ ਤਾਂ ਕੀ ਕਰਨਾ ਹੋਲਡ ਦਿਸ ਅਪ ਫॉर ਮੀ ਲੂਸੀ ਲੂਸੀ ਜੰਪ ਆਨ ਲੂਸੀ ਇਹਨਾਂ ਦੀ ਆ ਕੱਪੜੇ ਵਾਲਾ ਬੰਦਾ ਕਿਤੋਂ ਆ ਗਿਆ ਘੱਟ ਹੀ ਪਤਾ ਹੈ ਮੈਨੂੰ ਵੀ ਹਨਾ ਰਵੀ ਉਹ ਸਟੋਰੀ ਕੀ ਆ ਬੈੱਡ ਵਾਲੀ ਸਟੋਰੀ ਕੀ ਆ ਜਿਹੜਾ ਬੈੱਡ ਆ ਦਿੱਤੇ ਤੂੰ ਬੈਠਾ 130 ਯਰ ਬਲੱਡ ਪ੍ਰੈਸ਼ਰ ਇਸ ਪ੍ਰੀ ਹਾਈ ਤੇ ਰੋਟੀ ਖਾ ਕੇ ਆਇਆ ਹੋ ਹੇਅਰ ਲੂਸ ਕਮ ਹੇਅਰ ਓ ਓਕੇ ਹੀ ਇਸ ਆਨ ਦਿਸ ਬੈੱਡ 130 ਓਵਰ 70 ਆਈ ਮੀਨ 130 ਓਵਰ 80 ਪੰਜਾਬੀ ਚ ਦੱਸ ਭਾਈ 130 ਓਵਰ 80 ਪੈਣ ਨੀ ਲੱਗਿਆ ਸੀ ਨਵਾਂ ਨਵਾਂ ਰੱਖਿਆ ਸੀਗਾ ਮੈਂ ਉਦੋਂ ਆਇਆ ਸੀ ਮੈਂ ਰੈਸਲਿੰਗ ਬਹੁਤ ਦੇਖਦਾ ਹੁੰਦਾ ਸੀ ਐਂਟਰਟੇਕਰ ਦਾ ਫੈਨ ਹੁੰਦਾ ਸੀਗਾ ਤੇ ਅਸੀਂ ਰੈਸਲਿੰਗ ਕਰਦੇ ਹੁੰਦੇ ਸੀ ਬਹੁਤ ਕੀਤੀ ਇੱਕ ਵਾਰ ਤਾਂ ਸੀਰੀਅਸ ਇੰਜਰੀ ਤੋਂ ਬਚ ਗਏ ਅਸੀਂ ਦਾਣਾ ਰੂਮ ਚ ਉਰੇ ਸੀਗੇ ਤੇ ਮੈਂ ਫਿਰ ਜੌਨ ਸੀਨਾ ਬਣ ਗਿਆ ਸੀ ਪਹਿਲਾਂ ਕਾਫੀ ਦੇਰ ਲੜੀ ਗਏ ਤੇ ਮੈਂ ਇਹਨੂੰ ਮੋਢੇ ਤੇ ਐਂ ਚੱਕ ਕੇ ਇਹਦੀ ਇਹ ਨੀ ਹੁੰਦਾ ਇਹ ਮੂਵ ਜਾ ਉਹ ਪਤਾ ਦੜਾਮ ਗੱਦੇ ਥੱਲੇ ਨੂੰ ਚਲੇ ਗਏ ਉਹ ਬੈਡ ਦੀ ਜਿਹੜੀ ਥੱਲੇ ਉਹ ਲਾਈ ਵੀ ਉਹਨਾਂ ਨੇ ਬਹੁਤ ਘੱਟ ਹੋਈ ਸੀ ਦੋ ਪਲਾਈ ਸੀ ਉਹ ਟੁੱਟ ਗਈ ਥੱਲੇ ਅਸੀਂ ਫਿਰ ਦੋਨੇ ਚੁੱਪ ਕਰਕੇ ਬਹਿ ਗਏ ਨਹੀਂ ਆਪਾਂ ਹੇਠਾਂ ਕੀ ਸੀ ਲੱਭਣ ਲੱਕੜ ਕਰੀਏ ਅਸੀਂ ਸਾਨੂੰ ਹੋਇਆ ਨੀ ਫਿਰ ਅਸੀਂ ਓਮੀ ਕੀ ਕੀਤਾ ਟੁੱਟੀ ਹੋਈ ਲੱਕੜ ਜਿਵੇਂ ਹੋਈ ਸੀਗੀ ਉਹਨੂੰ ਐਂ ਕਰਕੇ ਧੱਕੇ ਨਾਲ ਓਮੀ ਖੜਾਤਾ ਉਦੋਂ ਭਾਈ ਪਤਾ ਨੀ ਉੱਧਰ ਪੈਂਦੇ ਹੁੰਦੇ ਸੀ ਕੋਈ ਪਿਆ ਹੀ ਨਹੀਂ ਉਰੇ ਕਿੰਨੀ ਦੇਰ ਕੋਈ ਨੀ ਪਿਆ ਹੈਗਾ ਉਰੇ ਇਹ ਪਤਾ ਹੀ ਨੀ ਲੱਗਿਆ ਕਿਸੇ ਨੂੰ ਮੈਂ ਇੱਕ ਦੋ ਮਹੀਨੇ ਆਰਾਮ ਨਾਲ ਨਿਕਲੇ ਕਿਸੇ ਨੂੰ ਕੋਈ ਨੀ ਪਤਾ ਲੱਗਿਆ ਬੈੱਡ ਟੁੱਟਿਆ ਫਿਰ ਭੂਆਈ ਨੇ ਪਤਾ ਨੀ ਦੇਖਿਆ ਕਿਵੇਂ ਮੰਮੀ ਨਾਲ ਮੰਮੀ ਇੱਥੇ ਆ ਕੇ ਬੈਠਣ ਲੱਗੇ ਮੈਂ ਸੀਗਾ ਨੀ ਐਵੀ ਨੇ ਦੱਸਤਾ ਵੀ ਅਸੀਂ ਤੋੜਿਆ ਹਨਾ ਤੇ ਮੈਂ ਉੱਧਰ ਪੜ੍ਹ ਕੇ ਆਇਆ ਪਤਾ ਨੀ ਕੰਮ ਤੋਂ ਭੂਆਈ ਨੇ ਗੇਮ ਜੀ ਪਾ ਦਿੰਦੇ ਨੇ ਇਹ ਰਵੀ ਪੈਂਦਾ ਟੁੱਟ ਗਿਆ
ਮੂਹਣੇ ਕੌਣ ਨੇ ਬਾਹਰਲੇ ਜਵਾਕਾਂ ਚ ਹੀ ਫਰਕ ਆ, ਇਹ ਥੱਲੇ ਕਿਤਾਬ ਚੱਕ ਕੇ ਆਏ ਨੀ ਕਰਦੇ ਹੈਗੇ, ਮੱਥੇ ਨੀ ਲਾਉਂਦੇ, ਇਹ ਵੀ ਤਾਂ ਹੀ ਤਾਂ ਦੇਖ ਲਾ ਕ੍ਰਿਸ਼ਨ ਜੀ ਨੇ ਦਿੱਤਾ ਸੀ ਨਾ, ਫਿਰ ਫਿਰ ਘੁਮਾਇਆ ਚੱਕਰ ਹਟਦਾ ਹੀ ਨੀ ਸੀ। ਹੁਣ ਨਾ ਅਸੀਂ ਇਹਨੂੰ ਬਾਹਰ ਲੈ ਕੇ ਗਏ ਸੀਗੇ, ਇੱਕ ਸੀਨ ਨੀ ਸ਼ੂਟ ਕਰਨਾ ਸੀਗਾ, ਬਾਹੂਬਾਲੀ ਨਾਲ ਸੈਂਬਲੈਂਸ ਹੋ ਗਈ ਸੀਨ ਦੀ, ਐਵੀ ਸਾਡਾ ਦਿਮਾਗ ਖਰਾਬ ਹੋ ਗਿਆ ਸੀ। ਐਵੀ ਨੇ ਵੀ ਵਿੱਚ ਰੋਲ ਪਲੇ ਕੀਤਾ, ਚਣੀਬਾ ਇੰਨਾ ਬੇਕਾਰ ਸੀਨ ਸ਼ੂਟ ਹੋਇਆ, ਪਤਾ ਨਹੀਂ ਪਾਊਗਾ ਕਿ ਨਹੀਂ, ਪਰ ਸਾਡੇ ਦਿਮਾਗ 'ਚ ਸੀ, ਵਧੀਆ ਕੀਤਾ, ਕੱਢ ਲੈਣਾ ਚਾਹੀਦਾ ਕੀੜਾ ਸਿਰ ਵਾਲਾ ਸੋਫਟ ਹੁੰਦਾ ਨਾੜੂਆ ਜਿਹਾ ਹੁੰਦਾ, ਖਤਰਨਾਕ ਚੀਜ਼ ਹੁੰਦੀ ਆ ਨਾ। ਜਵਾਕ ਦੇ ਛੋਟੇ ਆਪਣੇ 206 ਹੱਡੀਆਂ ਹੁੰਦੀਆਂ ਨੇ, ਪਤਾ ਨੀ 200 ਵੱਧ ਹੁੰਦੀਆਂ ਨੇ, ਹੱਡੀਆਂ ਵੱਧ ਹੁੰਦੀਆਂ ਨੇ ਜਵਾਕ ਥੋੜੀਆਂ ਘਟੀਆਂ ਹੋਣੀਆਂ, ਸ਼ਾਇਦ ਜੁੜ ਗਈਆਂ ਹੋਣੀਆਂ ਥੋੜੀਆਂ। ਫਰੰਟ ਲੋਪ ਭੂਆ ਜੀ ਦੱਸਦੇ ਸੀਗੇ, ਬ੍ਰੇਨ ਦਾ ਮੂਹਰਲਾ ਪਾਸਾ ਤੇ ਪਿਛਲੀ ਹੱਡੀ ਫਿਰ ਜੁੜਦੀ ਆ, ਫਿਰ ਬੱਲੇ ਚੜਾਈ ਆ ਇਹਦੀ ਯਾਰ, ਵੱਧ ਹੱਡੀਆਂ ਨੇ। ਅਰੇ ਤੂੰ ਕੀ ਕਰਦਾ ਵੀਰ ਯਾਰ, ਨਾ ਦੋ ਫੈਂਸੀਆਂ ਜਾਂ ਐਂ ਰੱਖਾਂ ਦੇ ਕੋਲ ਕੀਤੀਆਂ ਨੇ, ਉਹ ਉਹਦਾ ਜੰਮ ਉਹੀ ਜਦੋਂ ਹੋਇਆ ਸੀ ਉਹਦੀ ਸੀ ਮੁੰਡਿਆ, ਪਹਿਲਾਂ ਮਾਰੀ ਦਾੜੀ ਲਾ ਦੀ, ਦਾੜੀ ਲਾ ਦੀ, ਦਾੜੀ ਦਾ ਜਮਾ ਰਿਲੈਕਸ ਹੋਇਆ ਨਾ ਯਾਰ, ਜਮਾ ਠੰਡ ਚੜ ਗਈ, 20 ਘੰਟੇ 24 ਘੰਟੇ ਚ 20 ਘੰਟੇ ਬੱਚਾ ਸੌਂਦਾ। ਦੇਖਣੀ
ਅੱਜ ਟਰੰਪ ਦਾ ਰਿਜ਼ਲਟ ਕੋਈ ਦੇਖਣਗੇ ਬਾਈ ਕੌਣ ਜਿੱਤੂਗਾ ਵੀ ਬਹੁਤ ਜਵਾਕ ਖੜਾਏ ਨੇ ਅਸੀਂ ਹਰਾ ਰਵੀ ਮੈਂ ਤਾਂ ਬੜਾ ਜਵਾਕ ਖੜਾਇਆ very well trained with kids and they like me ਰਵੀ ਨੂੰ ਸਾਰੇ ਜਵਾਕ ਪਸੰਦ ਕਰਦੇ ਨੇ ਜਿੱਥੇ ਭਾਈ ਦਿਲਾਵਰ ਸਿੰਘ ਜੀ ਆਏ ਨਹੀਂ ਪਿਆਰਾਂ ਦੇ ਵੀ ਕੋਈ ਨਾ ਨਿੱਗੇ ਬਣੇ ਰਹੋ ਆਪੇ ਵਿਚਾਰ ਦਾ ਪਤਾ ਨਹੀਂ ਕਿਵੇਂ ਰੱਖੀ ਫਿਰਦਾ ਹੋ ਰਹੀ ਹਸਨ ਹਸਨ ਮਾਈਲ ਲਾਈਕ ਪਾਸੇ ਤਰ੍ਹਾਂ ਨਾਲ ਉਹ ਹੱਸ ਪਿਆ ਹੱਸਿਆ ਦੀ ਰਵੀ ਸਾਹਮਣੇ ਪਿਆ ਨਸ਼ੇ ਨੂੰ ਆਈ ਥਿੰਕ ਬੱਚਿਆਂ ਨੂੰ ਸਮਾਈਲ ਦਾ ਪਤਾ ਨਹੀਂ ਹੁੰਦਾ ਸਮਾਈਲ ਕਰ ਸਮਾਈਲ ਓਏ दारू पीनी लगी बस फिर एवी ने ब्याह नहीं जाना ਪਲੇਨ ਚ ਪਾਇਆ ਸੀ ਇੰਡੀਆ ਜਾਣ ਲੱਗੇ ਮੰਮੀ ਕਹਿੰਦੇ ਪਾਲਾ ਕਹਿੰਦਾ ਭੂਆ ਕਹਿੰਦਾ ਵੀ ਨਿਸ਼ਾਨੀ ਰਹੂਗੀ ਜੇ ਕੁਛ ਹੋ ਗਿਆ ਪਲੇਨ ਨੂੰ ਆਹ ਵਾਲੀ ਨਿਸ਼ਾਨੀ ਕਰੇ ਤਾਂ ਭਾਈ ਸਾਰਿਆਂ ਦੇ ਹੁੰਦੇ ਆ ਕਰੇ ਤਾਂ ਪਾਉਣੇ ਸੀ ਇੰਡੀਆ ਚੱਲਿਆ ਸੀ ਮੈਂ ਕੋਈ ਯੂਨੀਅਨ ਨਾਲ ਕਹਿੰਦੇ ਨੇ ਵੀ ਕੋਈ ਪਤਾ ਨਹੀਂ ਕੌਣ ਹੈ ਪਲੇਨ ਚ ਵੀ ਨਾ ਕੋਈ ਤਾਂ ਕਰ ਰਿਹਾ ਸੀ ਮੰਮੀ ਜਮੀ ਪਲੇਨ ਚ ਪਲੇਨ ਦਾ ਪਲੇਨ ਚ ਬੈਠਾ ਸੀ ਮੰਮੀ ਪਰਸ ਤੋਂ ਕੱਢਿਆ ਮੰਮੀ ਕਹਿੰਦੇ ਆ ਲੈ ਅੱਖਾਂ ਦੇਖੋ ਸਾਡੀਆਂ ਦੋਨਾਂ ਨੂੰ ਨੀਂਦ ਚੜੀ ਪਈ ਆ ਬਾਕੀ ਅੱਜ ਅਸੀਂ ਟੀਵੀ ਟੂਵੀ ਦੇਖੀ ਗਏ ਇਹੋ ਜਿਹਾ ਗੱਲਾਂ ਬਾਤਾਂ ਮਾਰੀ ਗਏ ਬਾਹਲੀ ਵੀਡੀਓ ਬਣਾਈ ਨਹੀਂ ਹੈਗੀ ਬਾਕੀ ਵਿੱਚ ਪਕਾਈ ਵਾਲਾ ਸ਼ਾਟ ਵੀ ਪਕਾਈ ਮਾਰੀ ਗਏ ਪਕਾਈ ਮਾਰੀ ਗਏ ਅਤੇ ਹੁਣ ਆਪਾਂ ਰਵੀ ਨੂੰ ਡਰੋਪ ਕਰਨਾ ਆ ਰਵੀ ਕੁਆਰੰਟੀਨ ਕਿਵੇਂ ਰਿਹਾ ਕੁਆਰੰਟੀਨ ਮੇਰਾ ਵਧੀਆ ਸੀਗਾ ਮਤਲਬ ਕਿ ਵਾਈਫਾਈ ਸੀਗਾ ਰੋਟੀ ਪਾਣੀ ਸੀਗਾ ਜਿਉਣੇ ਵਾਲੀਆਂ ਚੀਜ਼ਾਂ ਜਿਵੇਂ ਕਿ ਰੋਟੀ ਕੱਪੜਾ ਮਕਾਨ ਵਾਈਫਾਈ ਹੁਣ ਤਾਂ ਵਾਈਫਾਈ ਮੇਨ ਰੋਟੀ ਬੰਦਾ ਵਾਲੇ ਇੱਕ ਦਿਨ ਕਹਿੰਦਾ ਰੋਟੀ ਨਾਲੇ ਰੋਟੀ ਤੋਂ ਬਿਨਾਂ ਸਰ ਜੋ ਵਾਈਫਾਈ ਤੋਂ ਬਿਨਾਂ ਵਾਈਫਾਈ ਤੋਂ ਬਿਨਾਂ ਨਹੀਂ ਸਰਦਾ ਹੈਗਾ ਸੋ ਹੁਣ ਆਪਾਂ ਰਵੀ ਨੂੰ ਡਰੋਪ ਕਰਨਾ ਆਏ ਸੀ ਜਿੱਥੇ ਇਹ ਪਹਿਲਾਂ ਰਹਿੰਦਾ ਸਮਾਨ ਸਮੂਨ ਕੱਢੀਏ ਮੁੱਕਿਆ ਜਿਹੜੇ ਦਿਨ ਆਪਾਂ ਆਉਂਦੇ ਹਾਂ ਉਹ ਵੀ ਐਡ ਹੋ ਜਾਂਦਾ ਤੁਸੀਂ ਜਿਹੜੇ ਮਰਜ਼ੀ ਟਾਈਮ ਆਉਂਦੇ ਹੋ ਉਹ ਐਡ ਹੋ ਜਾਂਦਾ ਤੇ ਮੈਂ ਪਿੱਛੇ ਨਿਊਜ਼ 'ਚ ਸੁਣਿਆ ਸੀ ਮੈਨੂੰ ਨਹੀਂ ਪਤਾ ਉਹ ਫੇਕ ਸੀ ਮੈਂ ਇੰਟਰਨੈਟ 'ਤੇ ਪਾਈਆਂ ਹੁੰਦੀਆਂ ਨੇ ਖਤਰਨਾਕ ਥੰਬਨੇਲ ਜਿਹਾ ਬਣਾ ਕੇ ਜਾਣੋ ਕੈਨੇਡਾ ਵਿੱਚ ਗਏ ਉਹ ਕਹਿੰਦੇ ਵੀ ਇਹਨਾਂ ਨੇ ਐਮਰਜੈਂਸੀ ਕਿੱਟ ਮੰਗਾਈ ਹੈ ਵੀ ਉੱਥੇ ਤੁਹਾਡਾ ਨਾਲ ਦੀ ਨਾਲ ਕਰਦਿਆ ਕਰਨਗੇ ਕੋਵਿਡ ਟੈਸਟ ਜੇ ਤੁਸੀਂ ਨੈਗੇਟਿਵ ਹੋ ਫਿਰ ਤੁਸੀਂ ਬਾਹਰ ਜਾ ਸਕਦੇ ਹੋ ਪਰ 7 ਦਿਨਾਂ ਬਾਅਦ ਤੁਹਾਨੂੰ ਫੇਰ ਟੈਸਟ ਕਰਾਉਣਾ ਚਲੋ ਐਨੀਵੇ ਤਾਂ ਉਹ ਕੈਨੇਡਾ ਵੈਬਸਾਈਟ ਤੇ ਪੜਿਆ ਹੋਇਆ ਸੀ ਗੱਲ ਨੂੰ ਇਹ ਆਪਣਾ ਤਾਂ ਡਿਸਕਲੇਮਰ ਇਹ ਅਫਵਾਹ ਹੈ ਇਸ ਕੇ ਸਾਥ ਇਸ ਕਾ ਕੋਈ ਸੰਬੰਧ ਨਹੀਂ ਹੈ ਤਦਰਾ ਕੱਢੀ ਪਰ ਸਮਾਨ ਸਮਾਨ ਕੱਢਦੇ ਹਾਂ ਤੇ ਤਾਂ ਇਹ ਨੀਂਦ ਆ ਰਹੀ ਹੈ ਮੈਂ ਘਰ ਜਾ ਕੇ ਵੀਡੀਓ ਐਡਿਟ ਕਰਨੀ ਆ ਕਿਵੇਂ ਲੱਗਿਆ ਸਾਥ ਨੂੰ ਜਵਾਕ ਘੰਟਾ ਵਾਲੀ ਛੋਟਾ ਜਿਹਾ ਵਿਚਾਰਾ ਹੈ ਸੁੱਤਾ ਹੋਇਆ ਸੀਗਾ ਨਾ ਸੁੱਤਾ ਹੋਇਆ ਵਧੀਆ ਲੱਗਦਾ ਮੈਨੂੰ ਬਾਲਾ ਸੋਹਣਾ ਲੱਗਣ ਲੱਗ ਗਿਆ ਇਹ ਕਹਦਾ ਸੋਹਣਾ ਹਲੇ ਹੁਣ ਨਿਕਰੂਗਾ ਹੌਲੀ ਹੌਲੀ ਉਹ ਡਿਵੈਲਪ ਹੋਈ ਜਾਂਦਾ ਮੂੰਹ ਜ਼ਿਆਦਾ ਡਿਵੈਲਪ ਹੋਈ ਜਾ ਰਿਹਾ ਮੇਰੇ ਨਾਲ ਸੌਂਦਾ ਵਾ ਨਾ ਮੈਂ ਰਾਤ ਨੂੰ ਨਹੀਂ ਦੇਖਦਾ ਜਿਵੇਂ ਉਹ ਹੁੰਦਾ ਨਾ ਜਿਹੜਾ ਜਿਹਦੇ ਨਾਲ ਆਪਾਂ ਰਹਿੰਦੇ ਹਾਂ ਬੱਚੇ ਨਾਲ ਜਿਵੇਂ ਭੂਆ ਜਿਹੜੇ ਉਹ ਲੂਸੀ ਫਰਾ ਲੂਸੀ ਉਹਦਾ ਭੂਆ ਪਹਿਲਾਂ ਹਫ਼ਤਾ ਚੱਕਿਆ ਨਹੀਂ ਸੀ ਉਹਨੂੰ ਭੂਆ ਨੂੰ ਪੂਰਾ ਪਿਆਰ ਕਰਦੀ ਆ ਉਹ ਤਾਂ ਫੇਰ ਬੱਚਾ ਆਪਣਾ ਬੱਚਾ ਉਹ ਤਾਂ ਫੇਰ ਇਸ ਲਈ ਕਰਦਾ ਹੁੰਦਾ ਹੀ ਆ ਸਨਮਾਨ ਬਸ ਰਵੀ ਨੂੰ
अलविदा कहने अलविदा कभी अलविदा ना कहना ठीक है फिर हम है राही प्यार के फिर मिलेंगे चलते चलते ओके वाहेगुरु जी का खालसा वाहेगुरु जी की फतेह।